ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀਵੀ ਚੈਨਲ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਆ, ਜਿਹੜੀ ਕਿ ਬਹੁਤ ਸਾਰੇ ਦੋਸਤਾਂ ਵੱਲੋਂ ਇੱਕ ਸੀਗੀ ਪ੍ਰੋਬਲਮ ਵੀ ਜਿਵੇਂ ਕਈ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਬਿੱਘੇ ਚੱਲਦੇ ਨੇ ਜਾਂ ਫਿਰ ਕਿਤੇ ਕਨਾਲਾਂ ਚੱਲਦੀਆਂ ਨੇ, ਕਿਤੇ ਵੱਡਾ ਕੀਲਾ ਚੱਲਦਾ ਜਾਂ ਫਿਰ ਛੋਟਾ ਕੀਲਾ ਚੱਲਦਾ, ਉਹਦੇ ਬਾਰੇ ਹੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਬਿਲਕੁਲ ਐਨ ਡਿਟੇਲ ਦੇ ਵਿੱਚ ਅਤੇ ਸੌਖੇ ਤਰੀਕੇ ਨਾਲ ਦੋਸਤੋ ਇਹ ਆਪਾਂ ਤੁਹਾਨੂੰ ਜਗ੍ਹਾ ਜਿਹੜੀ ਉਹ ਕੱਢਣੀ ਸਿਖਾਵਾਂਗੇ ਸਾਰੀ। ਇਹਦੇ ਵਿੱਚੋਂ ਤੁਸੀਂ ਆਪਣਾ ਨੋਟ ਵੀ ਕਰਕੇ ਰੱਖ ਸਕਦੇ ਹੋ। ਸਿਰਫ ਇੱਕੋ ਜਿਹੜਾ ਆਪਾਂ ਮੈਥਡ ਹੈ ਉਹ ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਉਸੇ ਮੈਥਡ ਦੇ ਨਾਲ ਤੁਸੀਂ ਸਾਰਾ ਹੀ ਕੁਝ ਕੱਢ ਸਕਦੇ ਹੋ, ਬਿੱਘੇ ਵੀ, ਮਰਲੇ ਵੀ ਅਤੇ ਏਕੜ ਵੀ। ਉਸ ਤੋਂ ਬਿਨਾਂ ਆਪਾਂ ਹੈਕਟੇਅਰ ਵੀ ਕੱਢ ਸਕਦੇ ਹਾਂ। ਅਤੇ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਇੱਕ ਗਜ਼ ਦੇ ਵਿੱਚ, ਜਿਹਨੂੰ ਆਪਾਂ ਯਾਰਡ ਵੀ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਇੱਕ ਗਜ਼ ਵੈਸੇ ਤਾਂ 3 ਫੁੱਟ ਦਾ ਹੁੰਦਾ ਹੈ, ਅਤੇ ਜੇ ਇੱਕ ਸਕੇਅਰ ਗਜ਼ ਆਪਾਂ ਨੇ ਦੇਖਣਾ ਹੋਵੇ, ਜਿਵੇਂ ਚੌਰਸ ਡੱਬਾ ਮਾਰ ਦਿੰਦੇ ਆਪਾਂ, ਉਹ ਗਜ਼ ਦੇਖਣਾ ਹੋਵੇ ਤਾਂ 9 ਫੁੱਟ ਦਾ ਜਿਹੜਾ ਇੱਕ ਗਜ਼ ਬਣਦਾ, ਅਤੇ ਇੱਕ ਮਰਲੇ ਦੇ ਵਿੱਚ 272.25 ਵਰਗ ਫੁੱਟ ਹੁੰਦੇ ਨੇ। ਇਸ ਤੋਂ ਅਗਲੀ ਜਿਹੜੀ ਫਾਰਮ ਆਉਂਦੀ ਹੈ ਇੱਕ ਬਿਸਵਾ, ਇੱਕ ਬਿਸਵੇ ਦੇ ਵਿੱਚ 453.75 ਵਰਗ ਫੁੱਟ ਹੁੰਦੇ ਨੇ। ਇਹ ਬਿਸਵਾ ਇੱਕ ਏਕੜ ਦੇ ਵਿੱਚ 96 ਬਿਸਵੇ ਹੁੰਦੇ ਨੇ ਅਤੇ ਇੱਕ ਬਿੱਘੇ ਦੇ ਵਿੱਚ 20 ਬਿਸਵੇ ਹੁੰਦੇ ਨੇ। ਜਿਵੇਂ ਆਪਾਂ ਅੱਗੇ ਨੀਚੇ ਲਿਖਿਆ ਵੀ ਹੋਇਆ, ਇੱਕ ਬਿੱਘੇ ਦੇ ਵਿੱਚ 1.66 ਕਨਾਲਾਂ ਹੁੰਦੀਆਂ ਨੇ, ਭਾਵ 1.5 ਕਨਾਲ ਤੋਂ ਥੋੜ੍ਹਾ ਜਿਹਾ ਵੱਧ ਗਿਆ ਅਤੇ 2.25 ਕਨਾਲਾਂ ਤੋਂ ਥੋੜ੍ਹਾ ਜਿਹਾ ਘੱਟ ਗਿਆ ਇੱਕ ਬਿੱਘੇ ਦੇ ਵਿੱਚ, ਅਤੇ 20 ਜਿਹੜੇ ਹੁੰਦੇ ਨੇ ਬਿਸਵੇ ਹੁੰਦੇ ਨੇ। ਇੱਕ ਏਕੜ ਦੇ ਵਿੱਚ 8 ਕਨਾਲਾਂ ਹੁੰਦੀਆਂ ਨੇ, ਇਹ ਲਗਭਗ ਸਾਰਿਆਂ ਨੂੰ ਪਤਾ ਹੀ ਆ, ਹੈ ਨਾ। ਅਤੇ ਇੱਕ ਏਕੜ ਦੇ ਵਿੱਚ 4.8 ਵਿਘੇ ਹੁੰਦੇ ਨੇ, ਭਾ ਇਹਨੂੰ ਆਪਾਂ ਮੋਟੇ ਮੋਟੇ ਜਿਹੇ ਸ਼ਬਦਾਂ ਦੇ ਵਿੱਚ 4.5 ਵਿਘੇ ਦਾ ਕੀਲਾ ਜਿਹੜਾ ਉਹ ਕਹਿ ਦਿੰਦੇ ਹਾਂ, ਅਤੇ 96 ਬਿਸਵੇ ਹੁੰਦੇ ਨੇ ਇੱਕ ਏਕੜ ਦੇ ਵਿੱਚ। ਇਸ ਤੋਂ ਬਿਨਾਂ ਜਿਹੜਾ ਵੱਡਾ ਕੀਲਾ 6.25 ਬਿਸਵੇ ਦਾ, ਪੰਜਾਬ ਦੇ ਕੁਛ ਇਲਾਕਿਆਂ ਦੇ ਵਿੱਚ ਇਹ ਕੀਲਾ ਜਿਹੜਾ ਚੱਲਦਾ। ਅਤੇ ਇਹਦੇ ਵਿੱਚ ਜੇ ਆਪਾਂ ਕਨਾਲਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਵੀਰਾਂ ਵੱਲੋਂ ਇਹ ਕੁਸਚਨ ਹੁੰਦਾ ਵੀ ਵੱਡੇ ਕਿੱਲੇ ਦੇ ਵਿੱਚ ਕਨਾਲਾਂ ਕਿੱਲੀਆਂ ਹੁੰਦੀਆਂ ਨੇ। 10.5 ਕਨਾਲਾਂ ਤੋਂ ਥੋੜ੍ਹੀ ਜਿਹੀ ਘੱਟ ਹੁੰਦੀ ਹੈ, 10.44 ਕਨਾਲਾਂ ਵੱਡੇ ਕਿੱਲੇ ਦੇ ਵਿੱਚ ਹੁੰਦੀਆਂ ਨੇ, ਅਤੇ ਬਿੱਘੇ ਦੇ ਵਿੱਚ ਜਿਵੇਂ ਦੱਸਿਆ ਹੀ ਹੈ 6.25 ਸਵਾ 6 ਬਿੱਘੇ ਦਾ ਇਹ ਕਿੱਲਾ ਹੁੰਦਾ। ਅਤੇ ਜੇ ਬਿਸਵਿਆਂ ਦੀ ਗੱਲ ਕਰੀਏ ਤਾਂ 125 ਬਿਸਵੇ ਵੱਡੇ ਕਿੱਲੇ ਦੇ ਵਿੱਚ ਹੁੰਦੇ ਨੇ। ਅਤੇ ਜੇ ਇਸ ਤੋਂ ਬਾਅਦ ਆਪਾਂ ਹੈਕਟੇਅਰ ਦੀ ਗੱਲ ਕਰੀਏ ਤਾਂ 1 ਹੈਕਟੇਅਰ ਵੈਸੇ ਤਾਂ 2.5 ਏਕੜ ਕਹਿ ਦਿੰਦੇ ਨੇ ਮੋਟੇ ਮੋਟੇ ਜਿਹੇ ਸ਼ਬਦਾਂ 'ਚ, ਪਰ 2.5 ਏਕੜ ਤੋਂ ਥੋੜ੍ਹਾ ਜਿਹਾ ਮਾਮੂਲੀ ਜਿਹਾ ਘੱਟ ਹੁੰਦਾ, 2.47 ਏਕੜ ਦਾ 1 ਹੈਕਟੇਅਰ ਹੁੰਦਾ। ਜੇ ਆਪਾਂ ਇਹਨੂੰ ਬੀਘਿਆਂ ਦੇ ਵਿੱਚ ਲੈ ਜਾਈਏ ਤਾਂ 11.85 ਵਿਘੇ ਦਾ 1 ਹੈਕਟੇਅਰ ਹੁੰਦਾ, ਭਾਵ 12 ਵਿਘੇ ਤੋਂ ਥੋੜ੍ਹਾ ਜਿਹਾ ਘੱਟ ਗਿਆ, 12.25 ਦੇ ਲਵੇ ਮੰਨ ਲਈਏ ਆਪਾਂ। ਜੇ ਕਨਾਲਾਂ ਦੇ ਵਿੱਚ ਦੇਖੀਏ ਤਾਂ 20.25 ਕਨਾਲਾਂ ਦਾ 1 ਹੈਕਟੇਅਰ ਹੁੰਦਾ, 19.76 ਕਨਾਲਾਂ ਦਾ। ਇਸ ਤੋਂ ਬਾਅਦ ਆਪਾਂ ਜਿਵੇਂ ਕੋਈ ਆਪਾਂ ਰਕਮ ਕੱਢਣੀ ਹੈ, ਕੋਈ ਆਪਣੇ ਕੋਲ ਖੇਤ ਹੈ, ਉਹਨੂੰ ਆਪਾਂ ਨੇ ਦੇਖਣਾ ਵੀ ਇਹ ਕਿੰਨੀ ਜਗ੍ਹਾ ਪ੍ਰੋਪਰ, ਤਾਂ ਆਪਾਂ ਸਾਰੀ ਫੁੱਟਾਂ ਦੇ ਨਾਲ, ਕਿਉਂਕਿ ਅੱਜ ਕੱਲ੍ਹ ਫੁੱਟ ਚੱਲਦੇ ਨੇ, ਤਾਂ ਆਪਾਂ ਫੁੱਟਾਂ ਦੇ ਨਾਲ ਹੀ ਉਹ ਜਿਹੜਾ ਏਰੀਆ ਆਪਣਾ ਕੱਢਣਾ ਦੇਖਾਂਗੇ ਵੀ ਕਿਵੇਂ ਨਿਕਲਦਾ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਦੇਖ ਲੈਣਾ, ਇਹ ਜਿਹੜੀ ਕੈਲਕੂਲੇਟਰ 'ਤੇ ਵੀ ਉਹ ਫੁੱਟਾਂ ਦੇ ਨਾਲ ਹੁੰਦੀ ਹੈ, ਸੌਖੀ ਹੋ ਜਾਂਦੀ ਹੈ। ਜਿਵੇਂ ਆਹ ਤੁਸੀਂ ਫੋਟੋ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਇਹ ਆਪਾਂ ਨੇ 1 ਏਕੜ ਦੀ ਪੂਰੀ ਲੈਂਥ ਲਈ ਹੈ, ਚੜਾਈ ਵੀ ਆਪਾਂ ਨੇ ਜਿਹੜੀ ਹੈ 1 ਏਕੜ ਦੀ ਉਹ ਲਈ ਹੈ। ਇੱਕ ਆਪਣਾ ਜਿਹੜਾ ਛੋਟਾ ਏਕੜ ਹੁੰਦਾ 220 ਫੁੱਟ ਲੰਬਾ ਹੁੰਦਾ ਅਤੇ 198 ਫੁੱਟ ਚੌੜਾ ਹੁੰਦਾ, ਅਤੇ ਜਿਹਨੂੰ ਆਪਾਂ 36-40 ਦਾ ਕਿੱਲਾ ਵੀ ਕਹਿ ਦਿੰਦੇ ਹਾਂ, ਏਕੜ ਕਹਿ ਦਿੰਦੇ ਹਾਂ। ਅਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ, ਇਹ ਖੇਤ ਆਪਣਾ ਛੋਟਾ ਵੀ ਹੋ ਸਕਦਾ, ਕਿਤੇ ਵੱਡਾ ਵੀ ਹੋ ਸਕਦਾ। ਆਪਾਂ ਨੇ ਜਾਣੀ ਮੈਂ 1 ਏਕੜ ਦੀ ਲੈ ਲਈ ਵੀ ਆਪਾਂ ਨੂੰ ਸਾਰੀਆਂ ਕੈਲਕੂਲੇਸ਼ਨਾਂ ਜਿਹੜੀਆਂ ਬਿਸਵੇ ਵਗੈਰਾ ਉਹ ਸਾਰੇ ਨਾਲੇ ਤਾਂ ਆਪਾਂ ਨੂੰ ਉਹ ਦੇਖ ਲਾਂਗੇ ਆਪਾਂ ਵੀ ਸਹੀ ਆਉਂਦੇ ਨੇ। 220 ਫੁੱਟ ਗੁਣਾ 198 ਨੂੰ ਕਰ ਲੈਣੀ ਹੈ ਆਪਾਂ ਨੇ, 43,560 ਫੁੱਟ ਬਣ ਜਾਣਾ ਆਪਣੇ ਕੋਲ। 43,560 ਨੂੰ ਜਦੋਂ ਆਪਾਂ ਨੇ, ਜੇ ਤਾਂ ਇਹਦੇ ਗਜ਼ ਕੱਢਣੇ ਨੇ ਤਾਂ ਆਪਾਂ ਨੇ ਇਹਨੂੰ 9 ਨਾਲ ਵੰਡ ਲੈਣਾ, ਤਾਂ 1 ਏਕੜ ਦੇ ਵਿੱਚ ਤੁਸੀਂ ਕਈ ਵੀਰਾਂ ਨੂੰ ਪਤਾ ਵੀ ਹੋਊਗਾ ਕਿ 4840 ਗਜ਼ ਹੁੰਦੇ ਨੇ, 4840, ਤਾਂ ਇਹ ਆਪਣੇ 1 ਏਕੜ ਦੇ ਗਜ਼ ਨਿਕਲ ਗਏ। ਜਾਂ ਹੋਰ ਵੀ ਆਪਣਾ ਜੇ ਕੋਈ ਮੈਜ਼ਰਮੈਂਟ ਹੈ ਤਾਂ ਉਹਨੂੰ 9 ਨਾਲ ਵੰਡਾਂਗੇ, ਜਿੰਨੇ ਆ ਜਾਣਗੇ ਉਹ ਆਪਣੇ ਗਜ਼ ਬਣ ਜਾਣਗੇ। ਜੇ ਆਪਾਂ ਆਪਣੇ ਕੋਲ ਆਈ ਹੋਈ ਰਕਮ ਨੂੰ, ਕੋਈ ਵੀ ਹੋਰ ਰਕਮ ਹੈ ਜਾਂ ਫਿਰ ਇਹ ਰਕਮ ਹੈ 43,560, ਜੇ ਆਪਾਂ ਨੇ ਮਰਲੇ ਕੱਢਣੇ ਨੇ ਜਾਂ ਕਨਾਲਾਂ ਕੱਢਣੀਆਂ ਨੇ, ਆਪਾਂ ਨੇ 272.25 ਨੂੰ ਵੰਡ ਲੈਣਾ, 25 ਨਾਲ ਵੰਡ ਲੈਣਾ ਉਹਨੂੰ 43,560 ਨੂੰ, 160 ਆ ਜਾਣਾ, 160 ਮਰਲਾ ਆ ਗਿਆ ਆਪਣੇ ਕੋਲ, ਇੱਕ
ਏਕੜ ਦੇ ਵਿੱਚ ਜਿਵੇਂ 160 ਮਰਲੇ ਹੁੰਦੇ ਨੇ, ਜੇ ਇਹ ਤੋਂ ਬਾਅਦ ਆਪਾਂ ਨੇ ਕਨਾਲਾਂ ਕੱਢਣੀਆਂ ਨੇ ਤਾਂ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ, ਤਾਂ ਆਪਣੇ ਕੋਲ ਜਿੰਨੀ ਵੀ ਆ ਜਿੰਨੇ ਵੀ ਮਰਲੇ ਆ ਗਏ, 160 ਆ ਗਏ, 200 ਆ ਗਏ, ਉਹਨੂੰ ਆਪਾਂ ਨੇ ਗਾਹਾਂ 20 ਨਾਲ ਵੰਡ ਲੈਣਾ। ਜਿਵੇਂ ਆਪਾਂ ਇੱਥੇ 160 ਆਏ ਆਪਣੇ ਕੋਲ, ਇਹਨੂੰ 20 ਨਾਲ ਵੰਡੇ ਤੇ 8 ਕਨਾਲਾਂ ਆ ਗਈਆਂ ਇੱਕ ਏਕੜ ਦੇ ਵਿੱਚ। ਜਿਵੇਂ ਆਪਾਂ ਨੂੰ ਪਤਾ ਹੀ ਆ ਵੀ 8 ਕਨਾਲਾਂ ਹੁੰਦੀਆਂ ਨੇ। ਇਸ ਤੋਂ ਬਾਅਦ ਜੇ ਆਪਾਂ ਨੇ ਜਿਹੜੇ ਵੀਰ ਮੇਰੇ ਬਿਸਵੇ ਬਿੱਘੇ ਸਮਝਦੇ ਨੇ, ਜਿਨ੍ਹਾਂ ਨੇ ਬਿਸਵਿਆਂ ਤੇ ਬਿੱਘਿਆਂ ਦੇ ਵਿੱਚ ਕੱਢਣਾ, ਤਾਂ ਉਹਦੇ ਨਾਲ ਬਿਸਵਿਆਂ ਦੇ ਵਿੱਚ ਕੱਢਣ ਵਾਸਤੇ ਆਪਾਂ ਨੇ 43,560 ਨੂੰ 453.75 ਨਾਲ ਵੰਡ ਲੈਣਾ। ਇਹ ਤੁਸੀਂ ਦੋਏ ਕੈਲਕੂਲੇਸ਼ਨਾਂ ਯਾਦ ਰੱਖਣੀਆਂ ਨੇ, 272.25 ਜਿਹਨੇ ਕਨਾਲਾਂ ਮਰਲੇ ਕੱਢਣੇ ਨੇ ਅਤੇ ਜਿਹਨੇ ਬਿੱਘੇ ਬਿਸਵੇ ਕੱਢਣੇ ਨੇ ਉਹਨੇ 453.75, ਚਾਹੇ ਖੇਤ 'ਚ ਖੜ੍ਹੇ ਕੱਢ ਲਿਓ ਚਾਹੇ ਜਿੱਥੇ ਮਰਜ਼ੀ ਕੱਢ ਲਿਓ, ਬੜੇ ਹੀ ਸੌਖੇ ਤਰੀਕੇ ਨਾਲ ਤੁਸੀਂ ਇਹਨੂੰ ਕੱਢ ਸਕਦੇ ਹੋ। ਅਤੇ ਜਦ 453.75 ਨੂੰ ਆਪਾਂ 43,560 ਨਾਲ ਵੰਡਾਂਗੇ ਤਾਂ ਆਪਣੇ ਕੋਲ ਬਿਸਵਿਆਂ ਦੇ ਵਿੱਚ ਆਜੂ ਨਿਕਲ ਕੇ 96 ਬਿਸਵੇ ਇਹ ਆਪਣੇ ਕੋਲ ਆਉਂਦੇ ਨੇ। ਜੇ ਕੋਈ ਹੋਰ ਰਕਮ ਆਜੂ ਉਹ ਹੋਰ ਹੋਜੂ। ਅਤੇ ਗਾਹਾਂ ਜਦ ਆਪਾਂ ਨੇ ਇਹਦੇ ਬਿੱਘੇ ਬਣਾਉਣੇ ਨੇ ਤਾਂ ਯਾਦ ਰੱਖਿਓ ਵੀ ਜਿੰਨੇ ਵੀ 453.75 ਨਾਲ ਵੰਡ ਕੇ ਬਿਸਵੇ ਆਉਂਦੇ ਨੇ ਆਪਣੇ ਕੋਲ, ਜਿਵੇਂ ਉਰੇ 96 ਬਿਸਵੇ ਆ ਗਏ, ਤਾਂ ਇਹਨੂੰ ਆਪਾਂ ਨੇ ਚੁੱਪ ਕਰਕੇ 20 ਨਾਲ ਵੰਡ ਦੇਣਾ। ਜਦ ਤੁਸੀਂ ਇਹਨੂੰ ਆਪਣੇ ਕੈਲਕੂਲੇਟਰ ਤੇ ਵੀ ਵੰਡ ਕੇ ਦੇਖਿਓ, ਜਦ 20 ਨਾਲ ਵੰਡੋਗੇ ਤਾਂ ਆਪਣੇ ਕੋਲ ਬਿੱਘੇ ਨਿਕਲ ਆਉਣੇ ਨੇ 4.8, ਜਿਵੇਂ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਵੀ 4.25 ਬਿੱਘੇ ਦਾ ਕਿੱਲਾ, ਤੇ ਏਕੜ ਵੀ ਕਹਿੰਦੇ ਆ। ਇਹ ਆਪਣਾ ਛੋਟਾ ਕਿੱਲਾ ਜਿਹੜਾ 4.25 ਬਿੱਘੇ ਦਾ ਉਹ ਨਿਕਲ ਆਇਆ ਇਹ ਆਪਣੇ ਕੋਲ। ਤੇ ਇਸੇ ਤਰ੍ਹਾਂ ਹੋਰ ਵੀ ਤੁਸੀਂ ਛੋਟੇ ਵੱਡੇ ਖੇਤ ਕਿਆਰੇ ਉਹਨਾਂ ਦੀ ਕੈਲਕੂਲੇਸ਼ਨ ਆ ਜਿਹੜੀ ਉਹ ਕਰ ਸਕਦੇ ਹੋ। ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਵੱਡੀਆਂ ਨੇ ਉਹ ਕੈਲਕੂਲੇਸ਼ਨਾਂ ਨਿਕਲ ਆਉਂਦੀਆਂ। ਤੇ ਜੇ ਹੈਕਟੇਅਰ ਦੀ ਆਪਾਂ ਨੇ ਸਿੱਧੀ ਕੈਲਕੂਲੇਸ਼ਨ, ਤਾਂ 100 ਮੀਟਰ ਇੱਕ ਪਾਸੇ ਨੂੰ, 100 ਮੀਟਰ ਇੱਕ ਪਾਸੇ ਨੂੰ, ਇੱਕ ਹੈਕਟੇਅਰ ਬਣ ਜਾਂਦਾ, ਭਾਵ ਕਿ 2.5 ਏਕੜ ਬਣ ਗਏ। ਅਤੇ ਇਹਨੂੰ ਫੁੱਟਾਂ ਦੇ ਵਿੱਚ ਆਪਾਂ ਕੱਢ ਲਈਏ ਵੀ 1 ਮੀਟਰ ਦੇ ਵਿੱਚ 3.28 ਫੁੱਟ ਹੁੰਦੇ ਨੇ, ਅਤੇ 328 ਫੁੱਟ ਹੋ ਗਏ ਇੱਕ ਪਾਸੇ ਨੂੰ, 328 ਫੁੱਟ ਦੂਏ ਪਾਸੇ ਨੂੰ, ਇੱਕ ਹੈਕਟੇਅਰ ਬਣ ਗਿਆ ਆਪਣਾ ਪੂਰਾ। ਦੋਸਤੋ ਵੈਸੇ ਤਾਂ ਮੇਰੇ ਅੰਦਾਜ਼ੇ ਦੇ ਵਿੱਚ ਸਾਰੀ ਕੈਲਕੂਲੇਸ਼ਨ ਤੁਸੀਂ ਸਮਝ ਹੀ ਗਏ ਹੋਵੋਗੇ। ਜੇ ਫਿਰ ਵੀ ਕੋਈ ਪਰੇਸ਼ਾਨੀ ਹੋਵੇ ਉਹ ਤਾਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ। ਅਤੇ ਜਿਨ੍ਹਾਂ ਨੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਘੰਟੀ ਦਾ ਜਿਹੜਾ ਆਈਕਨ ਹੈ ਉਹਨੂੰ ਔਨ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਨੇ ਇਹੋ ਜਿਹੀਆਂ ਤੁਹਾਡੇ ਤੱਕ ਉਹ ਜਲਦੀ ਪਹੁੰਚ ਸਕਣਗੀਆਂ। ਅਤੇ ਹੋਰ ਜੇ ਕੋਈ ਇਹਦੇ ਵਿੱਚ ਘਾਟ ਵਾਧ ਹੋਈ ਹੋ ਤਾਂ ਸਾਡੇ ਨਾਲ ਤੁਸੀਂ ਜ਼ਰੂਰ ਸਾਨੂੰ ਦੱਸ